ਅਸਲਾਮ ਅਲੈਕੁਮ, ਹੱਸਦੇ ਰਹੋ ਵਸਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਿਹਾ ਅਤੇ ਉਸ ਫਿਲਮ ਦਾ ਨਾਂ ਹੈ ਲੋਹਾ। 4 ਜੁਲਾਈ 1990 ਬਰੋਜ਼ਬੁੱਧ, ਵੱਡੀ ਈਦ ਦਾ ਵੱਡਾ ਤੋਹਫ਼ਾ ਲੋਹਾ। ਇੱਕ ਰੰਗੀਨ ਪੰਜਾਬੀ ਫਿਲਮ ਸੀ ਅਤੇ ਇਸਦਾ ਜਿਹੜਾ ਮੌਜੂ ਹੈ ਕਤਲੋ ਗਾਰਤ ਅਤੇ ਲੜਾਈ ਮਾਰ ਕੁਟਾਈ ਇੰਤਕਾਮ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਅੰਜਮਨ, ਗੋਰੀ, ਨਿਦਾ ਮੁਮਤਾਜ਼, ਮੁਸਤਫਾ ਕੁਰੇਸ਼ੀ, ਹਮਾਯੂ ਕੁਰੇਸ਼ੀ, ਅਸਲਮ ਮਹਿਮੂਦ, ਬਾਬਰ, ਰਸ਼ਦ ਮਹਿਮੂਦ ਅਤੇ ਬਹਾਰ ਬੇਗਮ। ਇਸ ਫਿਲਮ ਦੇ ਅੰਦਰ ਸੁਲਤਾਨ ਰਈ ਦਾ ਨਾਮ ਸ਼ੇਰ ਅਲੀ ਹੁੰਦਾ ਹੈ ਅਤੇ ਸ਼ੇਰ ਅਲੀ ਜਿਹੜਾ ਹੁੰਦਾ ਇੱਕ ਅਵਲਦਾਰ ਹੁੰਦਾ ਹੈ ਅਤੇ ਨਿਦਾ ਮੁਮਤਾਜ਼ ਨੇ ਇਸ ਫਿਲਮ ਦੇ ਅੰਦਰ ਸ਼ੇਰ ਅਲੀ ਯਾਨੀ ਕਿ ਸੁਲਤਾਨ ਰਈ ਦੀ ਭੈਣ ਦਾ ਕਿਰਦਾਰ ਅਦਾ ਕੀਤਾ ਹੈ ਔਰ ਮੁਸਤਫਾ ਕੁਰੇਸ਼ੀ ਨੇ ਇੱਕ ਮੇਜਰ ਦਾ ਕਿਰਦਾਰ ਅਦਾ ਕੀਤਾ ਹੈ। ਓ ਸਜਣਾ ਤੱਕ ਮੌਸਮ ਕੀ ਪਿਆ ਕਹਿੰਦਾ ਹੈ, ਚਿੱਟੇ ਰੰਗ ਦੀ ਪਰੀ ਦਿਲ ਦੇਣ ਲਈ ਖੜੀ। ਜਿਹੜੀ ਨਿੰਦਾ ਮੁਮਤਾਜ਼ ਹੁੰਦੀ ਹੈ ਉਹਨੂੰ ਗੁੰਡੇ ਚੁੱਕ ਕੇ ਲੈ ਜਾਂਦੇ ਨੇ। ਗੁੰਡਿਆਂ 'ਚ ਬਾਬਰ, ਰਾਸ਼ਦ ਮਹਿਮੂਦ ਔਰ ਅਸਲਮ ਮਹਿਮੂਦ ਵਗੈਰਾ ਹੁੰਦੇ ਨੇ, ਉਹ ਚੁੱਕ ਕੇ ਲੈ ਜਾਂਦੇ ਨੇ ਔਰ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਨੇ। ਸੁਲਤਾਨ ਰਈ ਆ ਜਾਂਦਾ, ਉਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਪਰ ਉਹ ਸੁਲਤਾਨ ਰਈ ਨੂੰ ਇੱਕ ਖੱਡੇ 'ਚ ਸੁੱਟ ਦਿੰਦੇ ਨੇ ਔਰ ਨਿਦਾ ਮੁਮਤਾਜ਼ ਦੀ ਨਾ ਸਿਰਫ ਇੱਜ਼ਤ ਲੁੱਟ ਲੈਂਦੇ ਨੇ ਬਲਕਿ ਅੰਜਮਨ ਦਾ ਵੀਰ ਹੁੰਦਾ ਉਹਨੂੰ ਵੀ ਕਤਲ ਕਰ ਦਿੰਦੇ ਨੇ। ਅੰਜਮਨ ਨੂੰ ਜਦੋਂ ਪਤਾ ਚੱਲਦਾ ਹੈ ਤਾਂ ਇੰਤਕਾਮ ਬਣ ਜਾਂਦੀ ਹੈ ਔਰ ਉਹਨਾਂ ਕੋਲੋਂ ਗਾਏ ਬਗਾਏ ਇੰਤਕਾਮ ਲੈਂਦੀ ਹੈ ਔਰ ਜਿਹੜਾ ਇਹ ਵਿਗੜਿਆ ਟੋਲਾ ਹੁੰਦਾ ਹੈ ਉਸ ਵਿੱਚ ਮੁਸਤਫਾ ਕੁਰੇਸ਼ੀ ਦਾ ਇੱਕ ਪੁੱਤਰ ਜਮਾਲ ਵੀ ਹੁੰਦਾ ਹੈ। ਇਸ ਤੋਂ ਪਹਿਲੇ ਉਹ ਤਵਾਇਫ ਜਿਹੜੀ ਹੁੰਦੀ ਹੈ ਗੋਰੀ, ਗੋਰੀ ਨੇ ਇਸ ਫਿਲਮ ਦੇ ਅੰਦਰ ਤਵਾਇਫ ਦਾ ਕਿਰਦਾਰ ਅਦਾ ਕੀਤਾ ਹੈ ਜਿਹਨੂੰ ਮਹਿਮੂਦ ਅਸਲਮ ਵਗੈਰਾ, ਬਾਬਰ ਵਗੈਰਾ ਚੁੱਕ ਕੇ ਲੈ ਜਾਂਦੇ ਨੇ ਔਰ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਆ ਜਾਂਦੀ ਹੈ ਔਰ ਆ ਕੇ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ। ਜਿਹੜਾ ਮੁਸਤਫਾ ਕੁਰੇਸ਼ੀ ਹੁੰਦਾ ਆਪਣਾ ਅਸਰ ਔਰ ਰਸੂਖ ਇਸਤੇਮਾਲ ਕਰਕੇ ਆਪਣੇ ਪੁੱਤਰ ਨੂੰ ਛੁੜਾ ਲੈਂਦਾ। ਅਫਜ਼ਾਲ ਅਹਿਮਦ ਨੇ ਸਿੰਘ ਦੇ ਅੰਦਰ ਇੱਕ ਪੁਲਿਸ ਇੰਸਪੈਕਟਰ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਬੜਾ ਹੀ ਕਰਪਟ ਹੁੰਦਾ ਹੈ ਔਰ ਉਹਦਾ ਜਿਹੜਾ ਭਰਾ ਹੁੰਦਾ ਉਹ ਵੀ ਉਸ ਗੇਂਗ ਹੀ ਸ਼ਾਮਿਲ ਹੁੰਦਾ ਹੈ ਜਿਹੜੀ ਕਿ ਨਿਦਮ ਮੁਮਤਾਜ਼ ਦੀ ਇੱਜ਼ਤ ਲੁੱਟਦਾ ਹੈ। ਉਹਦੇ ਭਰਾ ਨੂੰ ਸੁਲਤਾਨ ਰਈ ਕਤਲ ਕਰ ਦਿੰਦਾ ਹੈ ਔਰ ਜਿਹੜਾ ਅਫਜ਼ਾਲ ਅਹਿਮਦ ਹੁੰਦਾ ਹੈ ਉਹਨੂੰ ਪੱਕਾ ਸ਼ੱਕ ਹੁੰਦਾ ਹੈ ਕਿ ਸੁਲਤਾਨ ਰਈ ਨੇ ਇੱਕ ਕਤਲ ਕੀਤਾ ਹੈ ਪਰ ਉਹਦੇ ਕੋਲ ਇਸ ਕਤਲ ਦਾ ਸਬੂਤ ਕੋਈ ਨਹੀਂ ਹੁੰਦਾ। ਸੁਲਤਾਨ ਰਈ ਜਿਹੜਾ ਸ਼ੇਰ ਅਲੀ ਹੁੰਦਾ ਔਰ ਜਾ ਕੇ ਉਹ ਮੁਸਤਫਾ ਕੁਰੇਸ਼ੀ ਨੂੰ ਇਹ ਵਾਰਨਿੰਗ ਦਿੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਬਚਾਉਣਾ ਚਾਹੇ ਤਾਂ ਬਚਾ ਸਕਦਾ ਹੈ। ਮੁਸਤਫਾ ਕੁਰੇਸ਼ੀ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਪੁੱਤਰ ਨੂੰ ਮਾਫ਼ ਕਰ ਦੇ ਲੇਕਿਨ ਸੁਲਤਾਨ ਰਈ ਕਹਿੰਦਾ ਕਿ ਮੈਂ ਉਸ ਨੂੰ ਕਤਲ ਕਰਾਂਗਾ ਅਤੇ ਮੁਸਤਫਾ ਕੁਰੇਸ਼ੀ ਕਹਿੰਦਾ ਕਿ ਮੈਂ ਦੀਵਾਰ ਬਣ ਕੇ ਤੇਰੇ ਰਸਤੇ 'ਚ ਖੜਾ ਹੋ ਜਾਵਾਂਗਾ। ਬੜੀ ਜ਼ਬਰਦਸਤ ਫਿਲਮ ਹੈ, ਬੜੀ ਅੱਛੀ ਫਿਲਮ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਇਸ ਫਿਲਮ ਦੇ ਅੰਦਰ ਸੁਲਤਾਨ ਰਈ ਨੇ ਅਸਵੇਰ ਰਾਜ ਬੜਾ ਹੀ ਜ਼ਬਰਦਸਤ ਕੰਮ ਕੀਤਾ ਹੈ। ਇਸ ਫਿਲਮ ਦਾ ਮਿਊਜ਼ਿਕ ਬੜਾ ਸ਼ਾਨਦਾਰ ਹੈ, ਇਸ ਫਿਲਮ ਦੀ ਕਹਾਣੀ ਬੜੀ ਸ਼ਾਨਦਾਰ ਹੈ। ਬਹਾਰ ਬੇਗਮ ਨੇ ਬੜਾ ਅੱਛਾ ਕੰਮ ਕੀਤਾ ਹੈ, ਅੰਜਮਨ ਨੇ ਬੜਾ ਅੱਛਾ ਕੰਮ ਕੀਤਾ ਹੈ ਔਰ ਖਾਸ ਤੌਰ 'ਤੇ ਵਿਲਨ ਦੇ ਰੋਲ ਵਿੱਚ ਬਾਬਰ ਨੇ ਅਤੇ ਮਹਿਮੂਦ ਅਸਲਮ ਨੇ ਬੜਾ ਹੀ ਅੱਛਾ ਕੰਮ ਕੀਤਾ ਹੈ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਫਿਲਮ ਜਿਹੜੀ ਹੈ ਉਹ ਯੂਟਿਊਬ 'ਤੇ ਮੌਜੂਦ ਨਹੀਂ ਹੈ ਅਤੇ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।